हस्की साइबेरियन ओड आइज। मैं दिखावा एक पक दी वीडियो। हेलो, सत श्री अकाल जी, की हाल चाल, ठीक सारे। टैटू वाले ब्लॉग दे विच यार मिक्स जे रिएक्शन आए ही, कईयों नूं टैटू वधिया लगा, कईयों नूं नहीं वधिया लगा। तो टैटू हले हील हो रहा वा, हले इहनूं 10-15 दिन लग जाणे आ। देखो उपर इहदे की कहिंदे आ, छिक्कड़ आ गया होया वा, किद्दां अजीब जिहा लग रिहा ना, जिहड़ा काफ वाला वा। इर ते वी हले ਵੀ ਇਹਨਾਂ ਨੂੰ ਪ੍ਰੋਪਰ ਹੀਲ ਹੁੰਦੇ ਆ, ਹਲੇ ਮਹੀਨਾ ਕਿਤੇ ਲੱਗ ਹੀ ਜਾਊਗਾ। ਵੈਲਕਮ ਬੈਕ ਟੂ ਚੈਨਲ ਗਾਇਸ, ਆਈ ਹੋਪ ਤੁਸੀਂ ਕੈਂਡ ਹੋ। ਹਲੇ 5 ਦਿਨ ਹੀ ਹੋਏ ਆ, ਸੋ ਉਹਨਾਂ ਨੇ 45 days ਕਿਹਾ ਸੀ, ਬਟ ਇਹ ਕਿ ਪੂਰਾ ਪ੍ਰੋਪਰ ਜਿਵੇਂ ਦਾ ਇਹ ਆ ਹਨਾ, ਸਕਿਨ ਦੇ ਵਿੱਚ ਐਂ ਪੂਰਾ ਅੰਦਰ ਰਚ ਗਿਆ ਹੋਇਆ ਵਾ, ਸੋ ਇੱਦਾਂ ਹੁੰਦੇ ਆ। ਹਲੇ ਇਹਨੂੰ ਪੂਰਾ ਮਹੀਨਾ ਲੱਗੂਗਾ, ਮਹੀਨਾ ਵੀ ਲੱਗ ਸਕਦਾ ਵਾ, 20 ਦਿਨ ਵੀ ਲੱਗ ਸਕਦੇ ਆ। ਅਤੇ ਹੁਣ ਮੈਂ ਜਾ ਰਿਹਾ ਮੈਂ ਜੀ ਅਜੇ ਵੱਲ, ਅਤੇ ਥੋੜ੍ਹਾ ਜਿਹਾ ਕੰਮ ਆ, ਅਤੇ ਬਾਕੀ ਅੱਗੇ ਦੇਖਦੇ ਹਾਂ। ਅਤੇ ਅੱਜ ਮੌਸਮ ਦਾ ਹਾਲ ਚਾਲ ਇੱਦਾਂ ਵਾ ਕਿ 31 degrees ਟੈਂਪਰੇਚਰ ਆ। ਗਰਮੀਆਂ ਮੁੱਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਯਾਰ, ਛੇਤੀ ਛੇਤੀ ਗਰਮੀਆਂ ਮੁੱਕਣ ਯਾਰ, ਸਰਦੀਆਂ ਆਉਣ। ਸਰਦੀਆਂ 'ਚ ਨਾ ਕੋਈ ਟੈਨਿੰਗ, ਨਾ ਸ਼ਾਈਨਿੰਗ, ਕੁਛ ਵੀ ਨਹੀਂ। ਬੰਦਾ ਇਹ ਕਿ ਸਰਦੀਆਂ ਕੰਟਰੋਲ ਕਰ ਸਕਦਾ, ਬਾਕੀ ਤੁਸੀਂ ਕਮੈਂਟ ਕਰਦੇ ਦੱਸੋ ਗਰਮੀਆਂ ਵਧੀਆ ਹੁੰਦੀਆਂ ਕਿ ਸਰਦੀਆਂ। ਮੇਰੇ ਹਿਸਾਬ ਨਾਲ ਸਰਦੀਆਂ, ਕਿਉਂਕਿ ਸਰਦੀਆਂ 'ਚ ਯਾਰ ਜਿਵੇਂ ਬਾਹਰ ਠੰਡ ਜ਼ਿਆਦਾ ਹੁੰਦੀ ਹੈ, ਬੰਦਾ ਕੱਪੜੇ ਕੁੱਪੜੇ ਪਾ ਸਕਦਾ ਵਾ, ਗਲਵਸ ਪਾ ਸਕਦਾ ਵਾ। ਗਰਮੀਆਂ 'ਚ ਬੰਦਾ ਪੱਖਾ ਕਿੱਦਾਂ ਨਾ ਲੈ ਜੇ ਦੱਸੋ, ਜੇ ਬਾਈਕ 'ਤੇ ਜਾਣਾ ਵਾ ਅਤੇ ਔਰ ਤੇ ਤਾਂ ਗਰਮੀ ਲੱਗੂਗੀ ਲੱਗੂਗੀ ਹੈ ਨਾ। ਅਤੇ ਸਰਦੀਆਂ ਦੇ ਚਲੋ ਬੰਦਾ ਮੈਨੇਜ ਕਰ ਸਕਦਾ, ਜੈਕਟਾਂ ਪਾ ਲੂਗਾ, ਮੋਟੇ ਕੱਪੜੇ ਪਾ ਲੂਗਾ, ਗੱਡੀ ਚੱਲ ਜੂਗਾ, ਹੀਟਰ ਲਾ ਲੂਗਾ। ਪਰ ਗਰਮੀਆਂ 'ਚ ਵੀ ਕਹਿ ਸਕਦੇ ਏਸੀ, ਪਰ ਜਦੋਂ ਬਾਹਰ ਨਿਕਲਾਂਗੇ ਉਦੋਂ ਕੀ ਹਾਲ ਹੋਊਗਾ। ਸੋ ਬਾਕੀ ਤੁਸੀਂ ਕਮੈਂਟ ਕਰਦੇ ਸੀ ਕਿਹੜਾ ਮੌਸਮ ਜ਼ਿਆਦਾ ਵਧੀਆ ਹੁੰਦਾ ਵਾ। ਮੈਨੂੰ ਤਾਂ ਯਾਰ ਸਰਦੀਆਂ ਵਧੀਆ ਲੱਗਦੀਆਂ। ਹੋਰ ਕੀ ਹਾਲ ਆ ਭਾਜੀ? ਠੀਕ ਠਾਕ ਜੀ, ਵਧੀਆ ਵਧੀਆ। ਕਿੱਦਾਂ ਸਿਹਤ? ਆ ਦੇਖਿਓ, ਹੈਲੋ ਹੈਲੋ, ਇਹ ਕਿੰਨੀ ਦੇਰ ਦੀ ਭਾਜੀ? ਇਹ ਹੋਣੀ ਆ 38 ਦਿਨ ਦੀ ਆ। ਅੱਛਾ, 38 ਦਿਨ ਦੀ। 38 ਦਿਨ ਦੀ ਆ ਬੁੱਗੇ, ਐਗਜ਼ੈਕਟ ਏਜ ਆ ਜੋ 38 ਦੀ। ਹਾਂ ਓਏ, ਓਡ ਆਈਜ਼ ਨਾ? ਹਾਂ, ਬਲੂ ਤੇ ਨਾਲ ਬਲੈਕ। ਅਰੇ ਚੇਂਜ ਕਰੂਗੀ ਆਈਜ਼ ਜਿਹੜੀ ਹੈ ਨਾ, ਬਲੈਕ ਵਾਲੀ। ਅੱਛਾ, ਚੇਂਜ ਹੋ ਗਈ ਉਹਦੇ? ਕਈ ਵਾਰੀ ਹੁੰਦਾ ਕਿ ਔਰੇਂਜ ਆ ਜਾਂਦੀ ਆ। ਅੱਛਾ, ਜਿੱਦਾਂ ਆਪਣਾ ਦੂਸਰਾ ਨਾ, ਇਹ ਪੱਕਾ ਨਹੀਂ ਹੁੰਦਾ ਪਰਫੈਕਟ। ਕਿੰਨੀ ਦੇਰ ਬਾਅਦ ਹੁੰਦੀ ਆ ਇਹ? ਹੋ ਜਾਂਦੀ ਹੈ ਜਦੋਂ 3-4 ਮੰਥ ਦਾ ਹੋ ਜਾਂਦਾ, ਫਿਰ ਚੇਂਜ ਹੁੰਦੀ ਆ ਜਾ ਕੇ। ਓਕੇ, ਓਏ ਬੱਗੂ, ਓਏ ਠੀਕ ਆ। ਤੇ ਇੰਜੈਕਸ਼ਨ ਵਗੈਰਾ ਕਿੰਨੇ ਦਿਨ, 40 ਦਿਨ ਬਾਅਦ ਲੱਗਦੇ ਨਾ? 45 ਦਿਨ ਦਾ। 45 ਦਿਨ ਬਾਅਦ ਇਹਦੀ ਸਭ ਤੋਂ ਮੇਨ ਚੀਜ਼ ਇਹ ਆ ਕਿ ਇਹਦੇ ਪਿੱਛੇ ਜ਼ਿਆਦਾਤਰ ਜਿੰਨੇ ਵੇਖੋਗੇ ਉਹਦੇ ਇੱਥੇ ਡੱਬ ਆਉਂਦਾ। ਹਾਂਜੀ, ਇਹਦੇ ਇਕੱਲਾ ਪਿਓਰ ਸਾਰੀ ਬਲੈਕ ਆ, ਮਤਲਬ ਕੋਈ ਡੱਬ ਨਹੀਂ ਹੈਗਾ। ਸਭ ਤੋਂ ਚੀਜ਼ ਉਹ ਵਧੀਆ ਵਾ, ਮੈਨ ਬੈਗ ਰਹਿੰਦੀ ਬੈ ਬਿਲਕੁਲ। ਓਕੇ, ਗਰੋਥ ਲਈ 6 ਮਹੀਨੇ ਜੋ ਕਾਫੀ ਵੱਡਾ ਹੀ ਹੋ ਜਾਂਦੀ ਹੈ ਨਾ। ਜੇ ਨਾ ਏਸੀ ਵਗੈਰਾ ਅੱਜ ਨਾਲ ਰਹੂਗੀ ਫਿਰ ਤਾਂ, ਹੁਣ ਤਾਂ ਚਲੋ ਬੰਦ ਹੋਣਾ, ਮੌਸਮ ਚੇਂਜ ਹੋਇਆ। ਹਾਂਜੀ, ਮੌਸਮ ਵਧੀਆ ਹੈ ਨਾ। ਅੰਦਰ ਰਹੂਗੀ ਉਹਨਾਂ ਚਮਕ ਰਹਾਉਣੀ ਹੈ ਜਿਆਦੀ, ਹਰ ਇੱਕ ਚੀਜ਼ ਵਧੀਆ ਹੋਊ, ਅੰਦਰ ਹੀ ਰਹਿਣੀ ਹੈ ਨਾ। ਆਹ, ਅੰਦਰ ਹੀ ਰਹਿਣੀ ਏਸੀ ਵਾਲੇ ਰੂਮ 'ਚ ਆ, ਏਸੀ ਦੀ, ਕਿਉਂਕਿ ਬਾਹਰ ਜਿੰਨਾ ਜਾਊਗਾ ਵਾਲ ਫਿਰ ਉਸ ਹਿਸਾਬ ਨਾਲ ਹੁੰਦੇ ਆ। ਸਰ ਕਿੰਨੇ ਵਾਲ ਝੜਦੇ ਨੇ ਜੀ? ਨਹੀਂ ਨਹੀਂ ਝੜਦੇ ਨਹੀਂ, ਜੇ ਤੁਸੀਂ ਗਿੱਲ ਜਦੋਂ ਨਵਾਲਿਆ ਉਹਨੂੰ ਬਾਅਦ 'ਚੋਂ ਤੁਸੀਂ ਸੁਕਾ ਕੇ ਪੂਰਾ ਪ੍ਰੋਪਰ ਨਹੀਂ ਕੀਤਾ ਫਿਰ ਝੜਨੇ ਚਾਹੀਦੇ। ਜਿਹੜੀ ਸਾਡੀ ਉਹ ਸੀ ਨਾ ਚੀਚੀ, ਉਹ ਵੀ ਅਸੀਂ ਨਿੱਕੀ ਲਿਆਂਦੀ, ਉਹ ਸ਼ਾਇਦ ਅਸੀਂ 15 ਦਿਨਾਂ ਦੀ ਲਿਆਂਦੀ ਸੀ। ਤਾਂ ਲਾ ਲਓ ਕਿ ਮੇਰੇ ਇੱਥੇ ਨੈਕ 'ਤੇ ਆ ਕੇ ਨਾ, ਇੱਥੇ ਲੱਗੇ ਆ ਕੇ ਬਹਿ ਜਾਂਦੇ ਹੁੰਦੇ ਇੱਥੇ। ਇਹ ਚੱਲ, ਇਹ ਆ ਵੇਖ, ਇਹ ਚੜ ਗਈ ਨਾ, ਹੁਣ ਇੱਥੇ ਦੇ ਲੰਮੇ ਪੈ ਜਾਣਾ। ਕਿੰਨਾ ਮਾਸੂਮ ਜਿਹਾ ਫੇਸ ਬਣਾਉਂਦੇ ਆ ਦੇਖਿਓ। ਚੱਲ ਸੋ ਜਾ, ਸੋ ਜਾ, ਸੋ ਜਾ, ਸੋ ਜਾ, ਇੱਥੇ ਸੋ, ਹੁਣ ਇਹਨੇ ਇੱਥੇ ਸੋ ਜਾਣਾ ਦੇਖਿਓ, ਆ ਵੇਖਿਓ। ਕਈਆਂ ਨੂੰ ਸ਼ੌਂਕ ਹੁੰਦਾ, 2-2 ਦਿਨ ਦੇ ਵੀ ਬੱਚੇ ਥੱਲੇ ਚੱਕ ਕੇ ਲਿਆਉਂਦੇ, ਵੀ ਛੋਟਾ ਹੀ ਪਾਲਣਾ ਇਹ। ਕਈਆਂ ਨੂੰ ਸ਼ੌਂਕ ਹੁੰਦਾ ਹਰ ਇੱਕ ਨੂੰ ਵੀ ਅਸੀਂ ਆਪੇ ਕਰ ਲਾਂਗੇ, ਕਿ ਆਪਾਂ ਹੀ ਪਾਲਣਾ ਵਾ। ਦੇਖਣ ਤੇ ਪਤਾ ਲੱਗ ਰਿਹਾ ਵਾ ਯਾਰ, ਚਲਾ ਇੱਧਰ। ਓਏ, ਕੀ ਬਾਤ ਹੈ, ਨਿਊ ਬੇਬੀ ਇਨ ਦਾ ਹਾਊਸ, ਹਸਕੀ ਸਾਈਬੇਰੀਅਨ ਓਡ ਆਈਸ। ਕਹਿੰਦੇ ਕਿ ਓਡ ਆਈਸ ਜਿਹੜੇ ਹੁੰਦੇ ਨਾ, ਉਹ ਜ਼ਿਆਦਾ ਤੇਜ਼ ਹੁੰਦੇ ਆ ਨੋਰਮਲ ਨਾਲੋਂ, ਲੋਕੀ ਭਾਜਦੇ ਆ ਬਲੂ ਆਈਸ ਮਗਰ, ਪਰ ਜਿਹੜੀ ਓਡ ਆਈਸ ਆ, ਜਿਹੜੀ ਇਹਦੀ ਆ ਬਲੈਕ ਆਈਸ ਆ ਨਾ, ਇਹ ਔਰੇਂਜ ਵੀ ਨਿਕਲ ਸਕਦੀ, ਜੇ ਔਰੇਂਜ ਨਿਕਲੇਗੀ ਨਾ ਕਹਿੰਦੇ ਬਹੁਤ ਸੋਹਣਾ ਲੱਗੂਗਾ। ਹੈਲੋ, ਲੱਗੂਗੀ, ਇਹ ਫੀਮੇਲ ਆ। ਹੈਲੋ, ਇਹ ਆਪਾਂ ਬਾਈ ਕੀਤੀ ਆ ਯਾਰ, ਗੁਰੀ ਹੋਣੀ ਹੈ ਨਾ, ਜਿਹੜੇ ਖਾਣਕੋਟ ਜਿੰਨਾ ਆਪਾਂ ਘਰ ਜਾਂਦੇ ਹੁੰਦੇ ਸੀ ਸ਼ੂਟ ਕਰਨ ਵਾਸਤੇ,
ਉਹਨਾਂ ਦੇ ਵੱਡੇ ਭਾਈ ਹੋਣਾ ਕੋ ਉਹਨਾਂ ਦਾ ਕੰਮ ਆ ਆਹੀ ਕੁੱਤਿਆਂ ਦਾ ਸੋਨਾ ਕੋ ਬਾਈ ਕੀਤੀ ਹੈ ਏ 38 ਡੇਜ਼ ਦੀ ਯਾਰ ਕਿੰਨੀ ਹੈ ਨਾ ਕਿੰਨੀ ਪਿਆਰੀ ਲੱਗਦੀ ਹੈ ਮੋਤੋ ਓਏ ਮੋਤੋ ਮੋਤੋ ਚਲੋ ਏ ਹਲੇ ਤੈਨੂੰ ਸਾਂਭਣਾ ਵਾ ਫਿਰ ਤੈਨੂੰ ਕਿੰਨੇ ਸਾਂਭਣਾ ਵਾ ਘਰੇ ਤੂੰ ਇਹ ਦੱਸ ਉਹ ਭਾਈ ਟੋਕਰੀ ਵੀ ਛੱਡ ਗਈ ਚੱਲ ਕੋਈ ਨੀ ਮੋੜ ਦਾਂਗੇ ਕਿੱਦਾਂ ਵੀ ਮਸਤ ਹੋ ਗਈ ਓਏ ਇੱਧਰ ਵੇਖ ਹੁਣ ਇਹ ਨਾ ਥੋੜ੍ਹਾ ਸਮਾਨ ਲੈਣਾ ਵਾ ਯਾਦ ਹੈ ਕੀ ਲੈਣਾ ਅੰਬਰਸਰ ਦੇ ਵਿੱਚ ਉਦੋਂ 85,000 ਦਾ ਇੱਕ ਬੱਚਾ ਵਿਕਦਾ ਸੀ 85,000 ਦਾ ਫਿਰ ਹੌਲੀ ਹੌਲੀ ਘੱਟ ਹੁੰਦਾ ਗਿਆ 50,000 ਇਹ ਤਾਂ ਸਾਨੂੰ ਬਹੁਤ ਹੀ ਰੀਜਨੇਬਲ ਪ੍ਰਾਈਸ ਤੇ ਮਿਲ ਗਿਆ ਯਾਰ ਬਹੁਤ ਵਧੀਆ ਪ੍ਰਾਈਸ ਤੇ ਮਿਲਿਆ ਸਹੀ ਗੱਲ ਓਏ ਕਸ਼ਟ ਹੀ ਵੜ ਜਾਣਾ ਉਹਨੇ ਜਿਹੜੀ ਸਾਡੀ ਵਾਲੀ ਚੀਚੀ ਸੀ ਨਾ ਜਦੋਂ ਮੈਂ ਲਿਆਂਦਾ ਸੀ ਨਾ ਇੰਨੀ ਕੀ ਇੰਨੀ ਚੂਹੇ ਜਿੰਨੀ ਉਹਨੂੰ ਮੈਂ ਇੱਥੇ ਰੱਖਿਆ ਇੱਥੇ ਰੱਖਣਾ ਉਹਨੇ ਇੱਥੇ ਸੋ ਜਾਣਾ ਉਹ ਯਾਰ ਉਹ ਵੀ ਕਾਫੀ ਜਣੇ ਪੁੱਛਣਗੇ ਕਿ ਉਹ ਕਿੱਥੇ ਉਹ ਅਸੀਂ ਹੁਣ ਮਾਸੀ ਹੁਣ ਦੇਤੀ ਯਾਰ ਇਹ ਪੱਗ ਬਹੁਤ ਨਿੱਕੇ ਹੁੰਦੇ ਬਹੁਤ ਜ਼ਿਆਦਾ ਨਿੱਕੇ ਆ ਜਾ ਮੋਟਾ ਮੈਂ ਦਿਖਾਵਾਂ ਇੱਕ ਪੱਗ ਦੀ ਵੀਡੀਓ ਹੈਲੋ ਹਾਲੇ ਤਾਂ ਬੜੀ ਸੌ ਲੱਗਣ ਦੀ ਹੈ ਨਾ ਮੁੜ ਕੇ ਇਹਨੇ ਇਹਨੇ ਜੀ ਨਹੀਂ ਦੇਣਾ ਤੁਹਾਨੂੰ ਵਿਖੇ ਕਰੋ ਸਿਰ ਤੇ ਚੁੱਕੇ ਪਰ ਇਹਦੇ ਕੁੱਤਿਆਂ ਨਾਲ ਵੀ ਨਾ ਅਲੱਗ ਹੀ ਵਾਈਬ ਹੁੰਦੀ ਹੈ ਸਹੀ ਗੱਲ ਤੇ ਪਰ ਕਿਸੇ ਨਾਲ ਨਹੀਂ ਦੀ ਅਟੈਚਮੈਂਟ ਵੇਖ ਲਓ ਆ ਵੇਖੋ ਆਹੋ ਇਹ ਸੇਮ ਇੱਦਾਂ ਹੀ ਉਹ ਵੀ ਜਿਹੜੀ ਚੀਚੀ ਰੱਖੀ ਸੀ ਇੰਨੀ ਕੁ ਉਹ ਤੇ ਮੇਰੇ ਹੱਥ ਤੇ ਆ ਜਾਂਦੀ ਹੁੰਦੀ ਸੀ ਉਹਨੇ ਆ ਕੇ ਨਾ ਮੇਰੇ ਇੱਥੇ ਬੈਠੇ ਰਹਿਣਾ ਚਲੋ ਸੋ ਜਾਓ ਫਿਰ ਸੋ ਜਾਓ ਆ ਦੇਖ ਲਓ ਇਹਨੇ ਇੱਥੇ ਸੋ ਜਾਣਾ ਇੱਥੇ ਬੈਠੇ ਰਹਿਣਾ ਵੇਖੀ ਇਹਨੇ ਵੀ ਇੱਥੇ ਬੈਠੇ ਰਹਿਣੇ ਇਹਨੂੰ ਏਸੀ ਦੀ ਹਵਾ ਲੱਗਣੀ ਬੜਾ ਵਧੀਆ ਲੱਗਣੇ ਇਹਨੂੰ ਹੁਣ ਚਲੋ ਅੱਗੇ ਮੌਸਮ ਵੀ ਵਧੀਆ ਆ ਜਾਣਾ ਵਾ ਠੰਡਾ ਆ ਜਾਣੀ ਤੈਨੂੰ ਥੋੜ੍ਹਾ ਸੌਖਾ ਹੋਜੂਗਾ ਹੈਲੋ ਹੈਲੋ ਓਏ ਨੀ 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 ਇਹਦਾ ਨਾਂ ਕੀ ਰੱਖਣਾ ਨਾਂ ਸੋਚਿਆ ਵਾ ਨਹੀਂ ਨਾਂ ਨਹੀਂ ਸੋਚਿਆ ਅਸੀਂ ਦੋ ਨਾਂ ਯਾਰ ਸੁਜੈਸਟ ਕੀਤੇ ਸੀ ਅਜੇ ਨੂੰ ਇੱਕ ਤਾਂ ਬਲੂ ਤੇ ਇੱਕ ਲੂਨਾ ਲੂਨਾ ਯਾਰ ਲੂਨਾ ਨਹੀਂ ਸਹੀ ਲੱਗਣਾ ਲੂਨਾ ਐਵੇਂ ਹੀ ਆ ਪਰ ਬਲੂ ਬਹੁਤ ਸੋਹਣਾ ਲੱਗੂਗਾ ਕਿਉਂਕਿ ਇੱਕ ਆਈਸ ਇਹਦੀ ਬਲੂ ਆ ਕਮੈਂਟ ਕਰ ਲਓ ਹਾਂ ਯਾਰ ਤੁਸੀਂ ਕਮੈਂਟ ਦੱਸਿਓ ਬਲੂ ਕੇ ਲੂਨਾਰ ਲੂਨਾ ਹੁਣ ਇਹਦੀ ਚੀਜ਼ੀ ਲੈਣ ਆਏ ਆਪਾਂ ਹਾਲੇ ਤਾਂ ਕਿੰਨੀ ਸੌ ਤਰੀਕੇ ਨਾਲ ਵੇਖਣ ਦੀ ਆ ਕੁਸ਼ਨ ਲਿਆ ਵਾ ਇਹ ਅਜੇ ਨੇ ਆਪਣੇ ਲਿਆ ਵਾ ਕੀ ਕਰ ਦੇਣੇ ਇਹਨੂੰ ਤੇ ਰੱਖ ਲੈਣਾ ਵਾ ਅਜੇ ਨੂੰ ਬਾਹਰ ਕੱਢ ਦੇਣਾ ਵਾ ਹੁਣ ਇਹ ਲਈ ਨਾ ਇੱਕ ਯਾਰ ਆ ਲਈ ਆ ਕੀ ਕਹਿੰਦੇ ਫੀਡ ਆ ਤੇ ਇੱਕ ਬਾਊਲ ਆ ਤੇ ਇੱਕ ਆ ਲਿਆ ਬੜਾ ਹੋ ਗਿਆ ਘਰ ਦੇ ਨੇ ਕਹਿੰਦਾ ਸਮਾਨ ਰਹਿਣ ਦੇ ਲਿਆ ਇਹਨੂੰ ਇੱਥੇ ਰੱਖ ਓਏ ਇਹ ਸਾਡਾ ਬੁੱਗੂ ਨਾਲੇ ਅੱਖਾਂ ਖੋਲ ਲੈਂਦੀ ਕੈਮਰਾ ਵੇਖ ਕੇ ਸੋ ਜਾ ਸੋ ਜਾ ਕਿੰਨੀ ਕਿਊਟ ਲੱਗਦੀ ਮੋਟੋ
ਚਲਾ ਜਾ ਹਲੇ ਤੇ ਕੁਛ ਘੰਟੇ ਹੀ ਹੋਏ ਆ ਇਹਨੂੰ ਪੂਰੀ ਹੱਥ ਚੁੱਕਿਆ ਕਰਦੀ ਚਲਾ ਹਿਲਦੀ ਕਿੱਦਾਂ ਹੀ ਉਹ ਹਿਲਦੀਆਂ ਐਂ ਕਰਕੇ ਆਇਆ ਇੱਧਰ ਚਲੋ ਜੀ देखियो इली इन्ना सोहना घर लैके आया वा तो और रह नहीं रही मेरे नखरे नहीं माने दे देखियो फिर आ गई ना इधर कि क्यूट मूह बना लेंदी है यार कैमरे वाल देखन की चीज़ है।